ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਰਾਹੁਲ ਗਾਂਧੀ ਦੇ ਸਮਰਥਨ ਚ ਆਈ ਆਰਜੇਡੀ ਹੁਣ ਸਨਾਤਨ ਤੇ ਬਿਆਨ ਦੇ ਕੇ ਬਿਹਾਰ ਚ ਫਟਿਆ ਨਵਾਂ ਸਿਆਸੀ ਬੰਬ। ਰਿਸ਼ੀਆਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਕੀਤਾ ਕੰਮ, ਕਿਹਾ ਆਰਜੀ ਨੇ। ਬਰਨਾਲਾ ਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ, ਤੜਕਸਾਰ ਮਿਲੀ ਖੂਨ ਨਾਲ ਭਿੱਜੀ ਲਾਸ਼। ਬਿਆਸ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਦੋ ਕਾਰਾਂ ਦੀ ਟੱਕਰ ਚ ਉੱਡੇ ਪਰਖ ਚ ਇੱਕ ਦੀ ਦਰਦਨਾਕ ਮੌਤ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕਾਂਗਰਸ ਨੇਤਾ ਅਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਦੇਸ਼ ਭਰ ਵਿਚ ਸਿਆਸਤ ਗਰਮਾਈ ਹੋਈ ਹੈ। ਰਾਸ਼ਟਰੀ ਜਨਤਾ ਦਲ ਨੇ ਸੰਸਦ ਚ ਰਾਹੁਲ ਗਾਂਧੀ ਦੇ ਭਾਸ਼ਣ ਦਾ ਸਮਰਥਨ ਕੀਤਾ। ਆਰਜੇਡੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਜਪਾ ਨੂੰ ਬਿਲਕੁਲ ਸਹੀ ਸ਼ੀਸ਼ਾ ਦਿਖਾਇਆ। ਆਰਜੇਡੀ ਨੇ ਅੱਗੇ ਕਿਹਾ ਕਿ ਸਨਾਤਨ ਦਾ ਕੰਮ ਕਿਸੇ ਨੂੰ ਡਰਾਉਣਾ ਤੇ ਧਮਕਾਉਣਾ ਨਹੀਂ ਹੈ, ਸਗੋਂ ਸਦਭਾਵਨਾ ਦਾ ਮਾਹੌਲ ਪੈਦਾ ਕਰਨਾ। ਪਰ ਭਾਜਪਾ ਦਾ ਕੰਮ ਸਿਰਫ ਸਮਾਜ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ। ਰਾਹੁਲ ਗਾਂਧੀ ਦੇ ਭਾਸ਼ਣ ਦਾ ਜ਼ਿਕਰ ਕਰਦੇ ਹਾਂ, ਰਾਸ਼ਟਰੀ ਜਨਤਾ ਦਲ ਦੇ ਮੁੱਖ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਭਾਜਪਾ ਜਿਸ ਸਨਾਤਨ ਹਿੰਦੂ ਦੀ ਗੱਲ ਕਰਦੀ ਹੈ ਉਹ ਨਾ ਤਾਂ ਸਨਾਤਨ ਹੈ ਤੇ ਨਾ ਹੀ ਹਿੰਦੂ। ਹਿੰਦੂਆਂ ਤੇ ਸਨਾਤਨ ਦਾ ਕੰਮ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਪਰ ਇਸ ਦੇ ਉਲਟ ਭਾਜਪਾ ਦੇ ਲੋਕ ਨਫ਼ਰਤ ਫੈਲਾਉਂਦੇ ਨੇ। ਬਰਨਾਲਾ ਦੇ ਨੇੜਲੇ ਪਿੰਡ ਕਾਨੇਕੇ ਵਿਖੇ ਦੇਰ ਰਾਤ ਘਰ ਚ ਸੁੱਤੇ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਨੇਕੇ ਆਪਣੇ ਘਰ ਚ ਬਣਾਈ ਨਿਹੰਗ ਛਾਉਣੀ ਚ ਰਾਤ ਸਮੇਂ ਸੌਂ ਰਿਹਾ ਸੀ, ਜਿਸਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਗਲੇ ਤੇ ਮੂੰਹ ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਲੋਕਾਂ ਨੂੰ ਸਵੇਰੇ ਚੱਲਿਆ, ਜਦੋਂ ਤੜਕਸਾਰ ਘਰ ਦੇ ਵਿਹੜੇ ਵਿਚ ਖੂਨ ਨਾਲ ਭਿੱਜੀ ਲਾਸ਼ ਮਿਲੀ। ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦਿਆਲ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿਚ ਆਪਣੇ ਬਣਾਏ ਮਕਾਨ ਚ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ। ਉਹ ਗੁਰਬਾਣੀ ਦਾ ਪਾਠ ਵੀ ਸਿਖਾਉਂਦਾ ਸੀ। ਪਰਿਵਾਰ ਨੇ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਪਹਿਲਾਂ ਵੀ ਚੱਲਦਾ ਵਹੀਰ ਬੁੱਢਾ ਦਲ ਘੋੜਿਆਂ ਦੇ ਜਥੇਦਾਰ ਬਹਾਦਰ ਸਿੰਘ ਦਾ ਵੀ ਪਿੰਡ ਦੀ ਧਰਮਸ਼ਾਲਾ ਵਿਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਥਾਣਾ ਰੁੜੇਕੇ ਕਲਾਂ ਨੇ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਨੇਕੇ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਉਹਨਾਂ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਰ ਰਾਤ ਅਤੇ ਅਣਪਛਾਤੇ ਬੰਦੇ ਸੀਗੇ, ਕੋਈ ਬਾਹਰੋਂ ਹੀ ਆਏ ਸੀਗੇ। ਪੁਲਿਸ ਆਈ ਹੈਗੀ, ਆਪਦੀ ਕਾਰਵਾਈ ਕਰ ਰਹੀ ਹੈਗੀ ਅਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ। ਕਤਲ ਕਿਵੇਂ ਕੀਤਾ ਗਿਆ ਹੈਗਾ, ਕੋਈ ਪਤਾ ਲੱਗਿਆ ਹੋਇਆ? ਕਤਲ ਤੇਜ਼ਧਾਰ ਹਥਿਆਰਾਂ ਨਾਲ ਹੀ ਕਰਿਆ ਹੋਇਆ, ਚਿਹਰੇ ਅਤੇ ਗਰਦਨ 'ਤੇ ਵਾਰ ਨੇ। ਮੰਗ ਤਾਂ ਅਸੀਂ ਇਨਸਾਫ ਚਾਹੁੰਦੇ ਹਾਂ ਜੀ, ਅਸੀਂ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ, ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾਂ ਦੇਵੇ। ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿਹੰਗ ਸਿੰਘ ਸੀਗੇ, ਅਤੇ ਕੁਛ ਟਾਈਮ ਲਈ ਦਲ 'ਚ ਚੱਲ ਗਏ ਸੀਗੇ, ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਰਹਿ ਰਹੇ ਸੀ। ਛਾਉਣੀ ਬਣਾ ਲਈ ਸੀਗੀ, ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ, ਪਾਠ ਕਰਦੇ ਸੀਗੇ। ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ, ਪਹਿਲਾਂ ਪਰਿਵਾਰ ਰਹਿੰਦਾ ਸੀਗਾ ਜੀ ਸਾਰਾ, ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲੈਣੇ ਨੇ। ਇੱਥੇ ਛਾਉਣੀ ਬਣਾ ਲਈ ਸੀ ਆਪਣੀ, ਨਿਹੰਗ ਸਿੰਘ ਸੀਗੇ, ਬਾਣੀ ਪੜ੍ਹਦੇ ਸੀ।
ਨਹੀਂ ਜੀ ਹਾਲੇ ਕੋਈ ਪਤਾ ਨਹੀਂ। ਤੇਜ਼ ਤਾਰ ਹਥਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇਗੇ ਗਲ ਵੱਢਿਆ ਇੱਥੋਂ ਅਤੇ ਨਾਲ ਜਵਾੜਾ ਵੱਢਿਆ ਹੋਇਆ ਸਾਰਾ ਇੱਥੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜੀ। ਅੱਜ ਸੁਬਾਹ ਕਰੀਬ 7:30 ਵਜੇ ਮੈਨੂੰ ਇੱਕ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ ਵੀ ਗੁਰਦਿਆਲ ਸਿੰਘ ਆ ਜਿਹੜਾ ਇੱਥੇ ਛਾਉਣੀ 'ਚ ਰਹਿੰਦਾ ਆਪਣੇ ਘਰ 'ਚ ਪੁਰਾਣੇ 'ਚ ਵੀ ਉਹਨੇ ਕੋਈ ਕਤਲ ਕਰ ਗਿਆ। ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਕੇ ਮੈਂ ਮੌਕੇ 'ਤੇ ਆਇਆ ਖੁਦ ਟੀਮ ਪਾਰਟੀ ਲੈ ਕੇ। ਅਸੀਂ ਜਦ ਲੈ ਕੇ ਦੇਖੇ ਮੰਜਾ 'ਤੇ ਪਿਆ ਸੀਗਾ ਅਤੇ ਕੁਦਰ ਲੱਗਿਆ ਸੀਗਾ ਇੱਥੇ ਅਤੇ ਕਿਸੇ ਨੇ ਕੁਛ ਤੇਜ਼ ਧਾਰ ਹਥਿਆਰਾਂ ਨਾਲ ਇਹਦੇ ਧੌਣ 'ਤੇ ਵਾਰ ਕੀਤੇ ਹੋਏ ਸੀਗੇ। ਖੂਨ ਨਾਲ ਲੱਥਪੱਥ ਹੋਇਆ ਪਿਆ ਸੀਗਾ ਸਾਰਾ। ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪ੍ਰਜਰਵ ਕਰ ਰਹੇ ਹਾਂਗੇ ਅਤੇ CCTV ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿੱਧਰੋਂ ਆਏ ਬੰਦੇ ਕੌਣ ਸੀਗੇ। ਨਵਾਂਸ਼ਹਿਰ ਰੋਪੜ ਮੁੱਖ ਮਾਰਗ 'ਤੇ ਸਥਿਤ ਕਈ ਪੈਟਰੋਲ ਪੰਪ ਨੇੜੇ ਇੱਕ ਸਵਿਫਟ ਕਾਰ ਅਤੇ ਆਲਟੋ ਕਾਰ ਵਿੱਚ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਆਲਟੋ ਕਾਰ ਵਿੱਚ ਸਵਾਰ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਏ ਜਦੋਂ ਕਿ ਇੱਕ ਕੁੜੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਲਟੋ ਕਾਰ ਜੋ ਕਿ ਬਿਆਸ ਤੋਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਜਾ ਰਹੀ ਸੀ ਜਦੋਂ ਇਹ ਕਾਰ ਕਈ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਅੱਗੇ ਇੱਕ ਸਵਿਫਟ ਕਾਰ ਅਚਾਨਕ ਸੜਕ 'ਤੇ ਚੜ੍ਹੀ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਦੀ ਇਸ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰ ਖਚੇ ਉੱਠ ਗਏ ਅਤੇ ਆਲਟੋ ਕਾਰ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਜਾ ਡਿੱਗੀ ਜਿਸ ਵਿੱਚ ਇੱਕੋ ਪਰਿਵਾਰ ਦੇ 5 ਲੋਕ ਸਵਾਰ ਸਨ ਜੋ ਕਿ ਬਿਆਸ ਤੋਂ ਆਪਣੇ ਘਰ ਨਾਲਾਗੜ੍ਹ ਜਾ ਰਹੇ ਸੀ। ਕਾਰ ਵਿੱਚ ਇੱਕੋ ਪਰਿਵਾਰ ਦੇ 5 ਲੋਕ ਸਨ। ਧਿਆਨ ਆ ਰਹੇ ਇੱਧਰ ਕਾਰ ਲਈ ਉਹਦੇ ਤੇ ਆਟੋ ਵਾਲਾ ਆ ਰਿਹਾ ਮੂਹਰੇ ਤੇ ਆਟੋ ਵਾਲਾ ਵੀ ਤੇਜ਼ ਤਾ ਜੀ ਮਜੀ ਤਾਂ ਚੰਦ ਪਿਆ ਤਾਂ ਮੈਂ ਆਪਣੇ ਇੱਧਰ ਰੱਖੀ ਕਾਰ ਉਹਨੂੰ ਡਾਬੇ ਮਾਰੇ ਥੱਲੇ ਉਤਾਰ ਤੇ ਨਾਲ ਮੜੀ ਵੀ ਲੱਗੀ ਉਹਦੇ ਨਾਲ ਸਾਹਮਣੇ ਵਾਰਿਆ ਸੀ। ਹਾਂਜੀ ਸਾਹਮਣੇ ਆਪਸ ਵਿੱਚ ਸਾਹਮਣੇ ਟੱਕਰ। ਹਾਂਜੀ ਕਿਹਦੀ ਤੇਜ਼ ਕੌਣ ਸੀਗਾ ਤੁਸੀਂ? ਮੈਂ ਤਾਂ ਉਰੇ ਦਾ ਆਟੋ ਖੜੇ ਤੇ ਮੈਂ ਆਪਣੇ ਧਿਆਨ ਤਾਂ ਹੌਲੀ ਹੌਲੀ ਦੌੜੇ ਤੇ ਉਰੇ ਕਿੱਥਾ ਤੇਜ਼ ਹੋਣੀ ਗੱਡੀ ਨਾਲ। ਅੰਮ੍ਰਿਤਸਰ ਦੇ ਕੋਰਟ ਰੋਡ ਉੱਪਰ ਪਿਛਲੇ ਦਿਨੀ ਇੱਕ ਸਬਜ਼ੀ ਵਪਾਰੀ ਦੇ ਘਰ ਨਕਾਬਪੋਸ਼ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਸਮੇਤ ਇੱਕ ਪਿਸਤੌਲ ਤੇ ਐਕਟਿਵਾ ਚੋਰੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ ਇਹਨਾਂ ਦੇ ਸਾਥੀ ਅਜੇ ਫਿਲਹਾਲ ਫਰਾਰ ਨੇ। ਪੁਲਿਸ ਵੱਲੋਂ ਉਹਨਾਂ ਨੂੰ ਵੀ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਜਿਸ ਸਬੰਧੀ ਵਧੇਰੇ ਜਾਣਕਾਰੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਦਿੱਤੀ ਗਈ। ਪੰਜਾਬ ਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਅਧੀਨ ਪੈਂਦੇ ਸਾਰੇ ਥਾਣਿਆਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ। ਨਵੇਂ ਨਿਯਮਾਂ ਮੁਤਾਬਕ ਹੁਣ ਰਾਤ 12 ਵਜੇ ਤੋਂ ਬਾਅਦ ਹੋਣ ਵਾਲੀਆਂ ਘਟਨਾਵਾਂ ਲਈ ਭਾਰਤੀ ਨਿਆਂ ਸੰਹਿਤਾ ਤਹਿਤ ਕੇਸ ਦਰਜ ਕੀਤੇ ਜਾ ਰਹੇ। ਨਵਾਂ ਜੁਡੀਸ਼ੀਅਲ ਕੋਡ ਲਾਗੂ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਮਾਮਲਾ ਦਰਜ ਕੀਤਾ। ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਦੱਸ ਦਈਏ ਕਿ ਦੇਸ਼ ਦੀ ਜਾਂਚ ਏਜੰਸੀ NIA ਪਹਿਲਾਂ ਹੀ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਚੁੱਕੀ ਹੈ। ਇੰਨਾ ਹੀ ਨਹੀਂ ਗੋਲਡੀ ਬਰਾੜ ਖਿਲਾਫ਼ NIA ਵੱਲੋਂ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ। ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ, ਗੋਲਡੀ ਬਰਾੜ ਦਾ ਨਾਮ ਲੈ ਕੇ ਐਕਸਟੋਰਸ਼ਨ ਦੀ ਧਮਕੀ ਦਿੱਤੀ ਸੀ। ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜ਼ੀ ਗੋਲਡੀ ਬਰਾੜ ਦਾ ਨਾਂ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ, ਉਦੋਂ ਐਕਸਟੋਰਸ਼ਨ ਕਰਨ ਦੀ ਕਾਲ ਪਾਈ ਸੀ, ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨੂੰ ਟਰੇਸ ਕੀਤਾ। ਉਹ ਸਾਡਾ ਇੱਕ ਰਿਟਾਇਰਡ ਜਿਹੜਾ ਪੁਲਿਸ ਕਰਮਚਾਰੀ ਸੀ, ਡਾਕਟਰ ਕਾਲੜਾ ਸੀ, ਡਾਕਟਰ ਕਾਲੜਾ ਨੂੰ ਜਿਹੜੀ ਹੈ ਧਮਕੀ ਦਿੱਤੀ ਸੀ ਉਹਨਾਂ ਨੇ। ਲੋਕਲ ਪ੍ਰਤਾਪ ਨਗਰ D ਡਿਵੀਜ਼ਨ ਦੇ ਬੰਦੇ ਸੀ ਜਿਹੜੇ ਇਹਦੇ 'ਚ ਇਨਵੋਲਵ ਹੈਗੇ ਸੀ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ।
ਦੋਵਾਂ ਬੰਦਿਆਂ ਦੇ ਨਹੀਂ ਐਜ਼ ਆਫ ਨਾਓ ਉਹਨਾਂ ਦੇ ਕੋਈ ਪਹਿਲਾਂ ਪਰਚਾ ਨਹੀਂ ਹੈਗਾ। ਕੋਈ ਰਿਕਵਰੀ ਕੋਈ ਵੈਪਨ ਜਾਂ ਕਿਸੇ ਹੋਰ ਚੀਜ਼ ਦੀ ਰਿਕਵਰੀ ਹੋਈ ਨਹੀਂ? ਉਹਨਾਂ ਤੋਂ ਮੋਬਾਈਲ ਫੋਨ ਵਗੈਰਾ ਜਿਹੜੇ ਉਹਨਾਂ ਨੇ ਜਿਹਦੇ ਨਾਲ ਕਾਲ ਕਰਕੇ ਉਹ ਅਸੀਂ ਰਿਕਵਰ ਕਰ ਲਿਆ, ਉਹਦੇ ਲਿੰਕੇਜ ਦੇਖ ਕੇ ਅਸੀਂ ਫਰਦਰ ਐਸਟੈਬਲਿਸ਼ ਕਰ। ਜਿੱਥੇ ਸਮੂਹ ਪੰਥਕ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ ਜਾ ਰਿਹਾ, ਉੱਥੇ ਸੁਖਬੀਰ ਬਾਦਲ ਦੇ ਹੱਕ ਵਿੱਚ ਖੜੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਉਹਨਾਂ ਪੰਥਕ ਅਕਾਲੀ ਆਗੂ ਖਵਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ। ਉਹਨਾਂ ਕਿਹਾ ਕਿ ਜੋ ਪਸ਼ਚਾਤਾਪ ਇੱਕ ਅਕਾਲੀ ਆਗੂ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਉੱਪਰ ਕਰਨ ਪਹੁੰਚੇ ਨੇ ਉਹ ਵੈਸੇ ਤਾਂ ਵਧੀਆ ਗੱਲ ਹੈ, ਜਿਹੜੀਆਂ ਗਲਤੀਆਂ ਤੇ ਪਾਪ ਇਹਨਾਂ ਨੇ ਕੀਤੇ ਜਿਵੇਂ ਕਿ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੂਰਨ ਤੌਰ ਤੇ ਸਾਥ ਨਾ ਦੇਣ ਦਾ ਪਸ਼ਚਾਤਾਪ ਜੇਕਰ ਇਹ ਆਗੂ ਕਰ ਰਹੇ ਨੇ ਤਾਂ ਉਹ ਵਧੀਆ, ਪਰ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਕਮਜ਼ੋਰ ਕਰਨਾ ਪਾਰਟੀ ਪ੍ਰਤੀ। ਮੈਂ ਸਮਝਦਾ ਵਧੀਆ ਗੱਲ ਹੈ ਕਿ ਪਸ਼ਚਾਤਾਪ ਕਰਨ ਆਏ ਹੈ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਗਾਵਤ ਕੀਤੀ ਗਈ ਹੈ ਜਾਂ ਜਾਣੇ ਅਣਜਾਣੇ ਚ ਜਾਂ ਕਿਸੇ ਗੁੱਸੇ ਗਿਲੇ ਦੇ ਵਿੱਚ ਨਿੱਜੀ ਸਵਾਰਥਾਂ ਚ ਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਸ ਤਰ੍ਹਾਂ ਅਕਾਲੀ ਦਲ ਵਾਸਤੇ ਮਿਹਨਤ ਨਹੀਂ ਕਰ ਸਕੇ ਭਰਾ, ਜਾਂ ਮਨ ਚ ਕੋਈ ਈਰਖਾ ਖੋਟ ਵੀ ਪ੍ਰਧਾਨ ਨੂੰ ਆਪਾਂ ਸਾਈਡ ਲਾਈਨ ਕਰਨਾ ਜੇ ਉਹ ਜਿਵੇਂ ਆਪਾਂ ਇੰਟਰਵਿਊਆਂ ਸੁਣਦੇ ਹਾਂ ਜਾਂ ਵੀ ਬੀਜੇਪੀ ਨਾਲ ਅਲਾਇੰਸ ਕਰਨਾ ਸੀ ਉੱਤਾ ਕਰਨਾ, ਉਹ ਚੱਕਰਾਂ ਦੇ ਵਿੱਚ ਜੋ ਭੁੱਲਾਂ ਹੋਈਆਂ ਨੇ ਅੱਜ ਬਖਸ਼ਾਉਣ ਆਏ ਆ, ਮੈਨੂੰ ਲੱਗਦਾ ਵਧੀਆ ਗੱਲ ਹੈ ਜੀ, ਮਾਫੀ ਮੰਗਣ ਆਇਆ ਗੱਲ ਤਾਂ ਸਭ ਤੇ। ਸਬ ਡਿਵੀਜ਼ਨ ਸ਼੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪੁਲਿਸ ਥਾਣਾ ਘੁਮਾਨ ਵਿਖੇ ਭਾਰਤ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਗਏ ਕਾਨੂੰਨਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਆ DSP ਸ਼੍ਰੀ ਹਰਗੋਬਿੰਦਪੁਰ ਰਜੇਸ਼ ਕੱਕੜ ਤੇ ਪੁਲਿਸ ਥਾਣਾ ਘੁਮਾਨ ਦੇ SHO ਸੁਖਰਾਜ ਸਿੰਘ ਨੇ ਦੱਸਿਆ ਕਿ ਅੱਜ ਦੇ ਜਾਗਰੂਕਤਾ ਸੈਮੀਨਾਰ ਨੂੰ ਕਰਾਉਣ ਦਾ ਮੁੱਖ ਮਕਸਦ ਨਵੇਂ ਲਾਗੂ ਹੋਏ ਕਾਨੂੰਨਾਂ ਸੰਬੰਧੀ ਨਾਗਰਿਕਾਂ ਨੂੰ ਜਾਣਕਾਰੀ ਦੇਣਾ। ਉਹਨਾਂ ਆਖਿਆ ਕਿ ਬ੍ਰਿਟਿਸ਼ ਸਰਕਾਰ ਵੇਲੇ ਦੇ ਭਾਰਤ ਵਿੱਚ ਬਣੇ ਕਾਨੂੰਨਾਂ ਨੂੰ ਬਦਲ ਕੇ ਉਹਨਾਂ ਦੀ ਜਗ੍ਹਾ ਭਾਰਤ ਸਰਕਾਰ ਵੱਲੋਂ ਨਵੇਂ ਕਾਨੂੰਨ ਲਾਗੂ ਕੀਤੇ ਗਏ। ਫਿਰੋਜ਼ਪੁਰ ਦੇ ਕਸਬਾ ਮਮਦੌਟ ਵਿਖੇ ਪਿਆਰ ਦੇ ਝੂਠੇ ਚੱਕਰ ਚ ਫਸੀ ਇੱਕ ਲੜਕੀ ਦੇ ਪਰਿਵਾਰ ਵੱਲੋਂ ਇੱਕ ਪੁਲਿਸ ਮੁਲਾਜ਼ਮ ਤੇ ਆਰੋਪ ਲਗਾਏ ਜਾ ਰਹੇ ਨੇ ਕਿ ਪੁਲਿਸ ਮੁਲਾਜ਼ਮ ਵਿਆਹ ਤੋਂ ਪਹਿਲਾਂ ਹੀ ਆਪਣੀ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ, ਜਿਸ ਦੀ ਸ਼ਿਕਾਇਤ ਪ੍ਰੇਮਿਕਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਤੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਬਿਠਾ ਕੇ ਪੁਲਿਸ ਮੁਲਾਜ਼ਮ ਵਿਆਹ ਕਰਾਉਣ ਲਈ ਰਾਜ਼ੀ ਹੋ ਗਿਆ ਤੇ ਪੀੜਤ ਲੜਕੀ ਦੀ ਭੈਣ ਨੇ ਦੱਸਿਆ ਕਿ ਬੀਤੇ ਦਿਨੀ ਹੀ ਲੜਕੀ ਨੂੰ ਪੁਲਿਸ ਮੁਲਾਜ਼ਮ ਘਰੋਂ ਲੈ ਗਿਆ ਤੇ ਉਸਦੀ ਮਮਦੌਟ ਆਪਣੇ ਘਰ ਲਿਜਾ ਕੇ ਕੁੱਟਮਾਰ ਕੀਤੀ। ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨੂੰ ਬਾਹਰ ਕੁੱਟਮਾਰ ਕਰਕੇ ਗਲੀ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਐਂਬੂਲੈਂਸ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੀੜਤ ਪਰਿਵਾਰ ਦਾ ਕਹਿਣਾ ਕਿ ਜੇ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗਣ ਤਾਂ ਲੋਕ ਇਨਸਾਫ ਲੈਣ ਲਈ ਕਿਸ ਦਾ ਦਰਵਾਜ਼ਾ ਖੜਕਾਉਣਗੇ। ਸਾਨੂੰ ਨਹੀਂ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ 'ਚ ਹੁਣ ਮੁੱਕਰ ਗਿਆ ਹੈ ਤੇ ਕਿਸਾਨ ਕੱਲ੍ਹ ਲੈ ਗਿਆ ਨੇ। 2-3 ਦਿਨ ਹੋ ਗਏ ਰਾਜ਼ੀਨਾਮਾ ਕੀਤਾ ਹੈ ਅਸੀਂ DSP ਦਫ਼ਤਰ DSP ਦੇ ਵਿਆਹ ਕਰਾਉਣ ਤੋਂ ਉਹਨੇ ਕਿਹਾ ਵੀ ਮੈਂ ਵਿਆਹ ਕਰਾ ਲਵਾਂਗਾ ਤੇ ਰਾਜ਼ੀਨਾਮਾ ਲਿਖ ਦਿਓ, ਮੈਂ ਬਹਿ ਕੇ ਸਮਝੌਤਾ ਕਰ ਦਾਂਗਾ ਤੇ ਹੁਣ ਉਹ ਪਤਾ ਨਹੀਂ ਲੈ ਗਿਆ, 2 ਦਿਨ ਹੋਏ ਰਾਜ਼ੀਨਾਮੇ ਨੂੰ, 3 ਦਿਨ ਹੁਣ ਲੈ ਗਿਆ ਕੁੱਟ ਮਾਰ ਕੇ ਉਹਦੀ, ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ 'ਚ ਕਿੰਨੇ ਉੱਥੇ ਸੱਟ ਦਿੱਤਾ ਤੇ ਸਾਨੂੰ ਉੱਥੋਂ ਫੋਨ ਆਇਆ ਸੀ। ਸ਼੍ਰੀ
ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਹੀ ਬਗਾਵਤ ਨੂੰ ਲੈ ਕੇ ਜੀਰਾ ਵਿਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਬਾਗੀ ਧਿਰਾਂ ਤੇ ਨਿਸ਼ਾਨੇ ਸਾਧੇ ਗਏ। ਉਹਨਾਂ ਬਾਗੀ ਧਿਰਾਂ ਤੇ ਤਿੱਖੇ ਨਿਸ਼ਾਨੇ ਸਾਧਦੇ ਕਿਹਾ ਕਿ ਕੁਝ ਲੋਕ ਵਿਰੋਧੀ ਪਾਰਟੀਆਂ ਮਗਰ ਲੱਗ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਨੇ। ਜਿੰਨਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿਚ ਰਾਜ ਕੀਤਾ, ਅਜੋਹੀ ਲੋਕ ਖੇਤਰੀ ਪਾਰਟੀ ਤੇ ਸਵਾਲ ਚੁੱਕ ਰਹੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਪਾਰਟੀ ਖਤਮ ਹੋਣ ਵਾਲੀ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਦੇ ਉਹ ਨਾਲ ਖੜੇ। ਸਾਰੇ ਅਹੁਦੇਦਾਰ, ਸਾਰੇ ਜਿਹੜੇ ਯੂਥ ਵਿੰਗ ਦੇ ਵੀ ਅਤੇ ਅਕਾਲੀ ਦਲ ਦੇ ਵੀ, ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ, ਇੱਥੋਂ ਦੋਵੇਂ ਹਾਜ਼ਰ ਹੈ। ਸੋ ਇਹ ਸਾਰੀ ਮੀਟਿੰਗ ਇਸ ਕਰਕੇ ਬੁਲਾਈ ਗਈ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਔਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਰਹਾਂਗੇ। ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਪਾਰਟੀਆਂ 'ਤੇ, ਇਹ ਕੋਈ ਗੱਲ ਨਹੀਂ ਹੈ। ਅਸੀਂ ਤਾਂ ਉਹ ਦਿਨ ਵੀ ਦੇਖੇ ਆ, ਮੈਂ ਤਾਂ ਜਦੋਂ ਬਾਦਲ ਸਾਹਿਬ ਜ਼ਿਲ੍ਹੇ ਦੀ ਮੀਟਿੰਗ 84 ਦੇ ਗੇੜ 'ਚ ਬੁਲਾਉਂਦੇ ਹੁੰਦੇ ਸੀ ਅਤੇ 50 ਬੰਦੇ ਇਕੱਠੇ ਹੁੰਦੇ ਸੀ ਅਤੇ ਉਦੋਂ ਬਾਅਦ 15 ਸਾਲ ਅਕਾਲੀ ਦਲ ਨੇ ਰਾਜ ਕਰ ਲਿਆ। ਸੋ ਉਦੋਂ ਮਾੜੇ ਦਿਨ ਤਾਂ ਨਹੀਂ ਹੁਣ। ਸੋ ਇਹ ਲੋਕ ਜਿਹੜੇ ਪਾਰਟੀਆਂ ਦੇ ਕਹੇ ਕਹਾਏ 'ਤੇ ਪਾਰਟੀ ਨੂੰ ਦੋ ਫਾੜ ਕਰਨ ਲੱਗੇ ਹੋਏ ਆ, ਇਹ ਉਹ ਲੋਕ ਆ, ਇਹਨਾਂ ਦਾ ਵੈਸਟਰਨ ਇੰਟਰਸਟ ਹੈ। ਸੋ ਇਹ ਆਟੇ 'ਚ ਜਿਵੇਂ ਲੂਣ ਹੁੰਦਾ ਨਾ, 1-2% ਲੋਕ ਆ ਜਿੱਥੇ ਡੈਮੋਕ੍ਰੈਟਿਕ ਸੈਟਅਪ ਹੋਵੇ ਅਤੇ 1-2% ਲੋਕ ਉੱਥੇ ਕੀ ਕਰਨਗੇ, ਮੂੰਹ ਦੀ ਖਾਣਗੇ। ਸੋਸ਼ਲ ਮੀਡੀਆ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ASI ਤੇ SHO ਦੀ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ASI ਕੁਲਦੀਪ ਸਿੰਘ ਆਪਣੇ ਸੀਨੀਅਰ SHO ਨਾਲ ਕਿਸੇ ਮਸਲੇ ਨੂੰ ਲੈ ਕੇ ਬਹਿਸਬਾਜ਼ੀ ਕਰ ਰਹੇ, ਜਿੱਥੇ ਕਿਸੇ ਮਸਲੇ ਨੂੰ ਲੈ ਕੇ ਦੋਵੇਂ ਮੁਲਾਜ਼ਮ ਇੱਕ ਦੂਜੇ ਨੂੰ ਮਾੜੀ ਸ਼ਬਦਾਵਲੀ ਬੋਲਦੇ ਦੇਖੇ ਗਏ ਨੇ। ਆਡੀਓ ਦੇ ਵਾਇਰਲ ਹੋਣ ਤੋਂ ਬਾਅਦ DSP ਅਜਨਾਲਾ ਰਾਜਕੁਮਾਰ ਵੱਲੋਂ ASI ਕੁਲਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ। ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆ, ਉਹ ਮੈਂ ਸੁਣੀ ਸੀ। ਉਹਦੇ ਸੰਬੰਧ ਦੇ ਵਿੱਚ ASI ਕੁਲਦੀਪ ਸਿੰਘ ਜੋ ਕਿ ਚੌਂਕੀ ਇੰਚਾਰਜ ਚਮਿਆਰੀ ਲੱਗਿਆ ਹੋਇਆ ਸੀ, ਉਹ SHO ਬਲਵੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਬਹਿਸ ਕਰ ਰਿਹਾ ਸੀ, ਪਰ ਇੱਕ ਡਿਸਿਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬਹਿਸ ਕਰਨੀ ਠੀਕ ਨਹੀਂ ਸੀ। ਉਹ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ASI ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਆ ਸਸਪੈਂਡ ਕਰਤਾ ਗਿਆ ਆ ਅਤੇ SHO ਬਲਵੀਰ ਸਿੰਘ ਜਿਹੜਾ ਆ ਉਹਦੀ ਵੀ ਟ੍ਰਾਂਸਫਰ ਕਰਤੀ ਗਈ ਸੀ। ਭਾਰਤੀ ਜਨਤਾ ਪਾਰਟੀ ਤੇ ਹਿੰਦੂ ਸੰਗਠਨਾਂ ਨੇ ਮਿਲ ਕੇ ਅੰਮ੍ਰਿਤਸਰ ਦੇ ਥਾਣਾ ਛਰੇਟਾ ਦੇ ਇਲਾਕੇ ਵਿਚ ਰਾਹੁਲ ਗਾਂਧੀ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂ ਰਮਨ ਕੁਮਾਰ ਨੇ ਕਿਹਾ ਕਿ ਅੱਜ ਅਸੀਂ ਰਾਹੁਲ ਗਾਂਧੀ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ, ਉਸਦਾ ਪੁਤਲਾ ਫੂਕ ਕੇ। ਉਸਦੀ ਵਜ੍ਹਾ ਇਹ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਹਿੰਦੂਆਂ ਦੇ ਖਿਲਾਫ਼, ਪ੍ਰਭੂ ਰਾਮ ਦੇ ਖਿਲਾਫ਼, ਰਾਮ ਮੰਦਿਰ ਦੇ ਖਿਲਾਫ਼, ਸਨਾਤਨ ਦੇ ਖਿਲਾਫ਼ ਬੋਲਦਾ ਹੈ, ਉਹ ਵਾਰ ਵਾਰ ਵਿਰੋਧ ਕਰਦੇ ਨੇ ਰਾਹੁਲ ਗਾਂਧੀ ਦਾ, ਪਰ ਉਸਨੂੰ ਕੋਈ ਫਰਕ ਨਹੀਂ ਪੈਂਦਾ, ਜਿਸ ਨੂੰ ਆਪਣੇ ਬੋਲਾਂ ਲਈ ਸਨਾਤਨ ਧਰਮ ਤੇ ਪੂਰੇ ਹਿੰਦੂ ਸਮਾਜ ਤੋਂ ਮਾਫ਼ੀ ਮੰਗਣੀ ਚਾਹੀਦੀ। ਖਿਲਾਫ ਰਾਮ ਮੰਦਿਰ ਦੇ ਖਿਲਾਫ਼, ਸਨਾਤਨ ਦੇ ਖਿਲਾਫ਼ ਬੋਲਦਾ ਰਹਿੰਦਾ ਵਾ। ਅਸੀਂ ਵਾਰ ਵਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ਦਾ, ਪਰ ਉਸ ਬੰਦੇ ਦੇ ਕੰਨਾਂ 'ਤੇ ਜੂ ਨਹੀਂ ਰੇਂਗਦੀ, ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ 'ਤੇ ਚਿੜਦੇ ਨੇ, ਹਿੰਦੂਆਂ ਦੇ ਖਿਲਾਫ਼ 100 ਕਰੋੜ ਇਸ ਦੇਸ਼ 'ਚ ਹਿੰਦੂ ਰਹਿੰਦਾ ਵਾ, ਪਰ ਰਾਹੁਲ ਗਾਂਧੀ ਕੁਛ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ਼ ਅਤੇ ਹਿੰਦੂ ਜਿਹੜੇ ਆਪਣਾ
ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ, ਪਰ ਹੁਣ ਸਾਡੇ ਹਿੰਦੂਆਂ ਦੀ ਆਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ਦੇ ਨਾਲ। ਅਸੀਂ ਹੁਣ ਦੱਸ ਦੇਣਾ ਚਾਹੁੰਦੇ ਹਾਂ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ MLA MP ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ। ਇਹ ਅਕਸਰ ਕਹਿੰਦਾ ਵਾ ਕਿ ਹਿੰਦੂ ਮੰਦਰ ਜਾਂਦੇ ਆ ਅਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਆ। ਇਹ ਕਹਿੰਦਾ ਵਾ ਹਿੰਦੂਤਵਾਦੀਆਂ ਨੂੰ ਮੈਂ ਦੇਸ਼ 'ਚੋਂ ਬਾਹਰ ਕੱਢ ਦਾਂਗਾ। ਕਦੇ ਇਹ ਕਹਿੰਦਾ ਵਾ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ, ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ, ਜਿਹਨੂੰ ਅਸੀਂ ਆਦਿ ਸ਼ਕਤੀ ਕਹਿੰਦੇ ਹਾਂ, ਕਿ ਉਹਦੇ ਨਾਲ ਮੈਂ ਲੜਾਂਗਾ, ਉਹਦੇ ਨਾਲ ਮੇਰੀ ਲੜਾਈ ਆ। ਕਦੀ ਕਾਂਗਰਸ ਰਾਮ ਮੰਦਰ ਦੇ ਖਿਲਾਫ ਜਾਂਦੀ ਆ, ਕਦੀ ਰਾਮ ਸੇਤੂ ਦੇ ਖਿਲਾਫ ਜਾਂਦੀ ਆ, ਕਦੀ ਕਾਂਗਰਸ ਇਹ ਹਲਫਨਾਮਾ ਦਿੰਦੀ ਆ ਕੋਰਟ ਦੇ ਵਿੱਚ ਕਿ ਪ੍ਰਭੂ ਰਾਮ ਹੈ ਹੀ ਨਹੀਂ। ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚਲੀ ਜਾਂਦੀ ਪਈ ਆ। ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ, ਨਹਿਰੂ ਨੇ ਆਪਣੇ ਲਫ਼ਜ਼ਾਂ 'ਚ ਕਿਹਾ ਵਾ ਕਿ ਮੈਂ ਐਕਸੀਡੈਂਟਲ ਹਿੰਦੂ ਹਾਂ, ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ। ਇੰਦਰਾ ਗਾਂਧੀ ਨੇ 1966 ਦੇ ਵਿੱਚ 79 ਸਾਧੂਆਂ ਦੇ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਸਾਧੂਆਂ ਨੂੰ ਮਾਰ ਦਿੱਤਾ, ਇਹ ਇੰਦਰਾ ਗਾਂਧੀ ਦਾ ਕੰਮ ਆ। ਇੰਦਰਾ ਗਾਂਧੀ ਨੇ ਸਾਡੇ ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਕਰਕੇ ਹਿੰਦੂ ਜਿਹੜਾ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ। 1984 ਦੇ ਵਿੱਚ ਇਸੇ ਕਾਂਗਰਸ ਨੇ ਸਾਡੇ ਸਿੱਖ ਭਰਾਵਾਂ ਦੇ ਵਿੱਚ ਗਲਿਆਂ ਦੇ ਟਾਇਰ ਪਾ ਕੇ ਉਹਨਾਂ ਨੂੰ ਜਿੰਦਾ ਸਾੜ ਦਿੱਤਾ। ਇਹ ਕੰਮ ਕਾਂਗਰਸ ਪਾਰਟੀ ਦਾ ਵਾ। ਅੱਜ ਕਿਵੇਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਸ ਜਗ੍ਹਾ ਤੇ ਕੀਤਾ ਜਾ ਰਿਹਾ? ਅੱਜ ਅਸੀਂ ਛਾੜੇ ਚੌਂਕ ਦੇ ਵਿੱਚ ਪ੍ਰਦਰਸ਼ਨ ਕਰਦੇ ਪਏ ਹਾਂ। ਅੱਜ ਸਾਰੇ ਹਿੰਦੂ ਸੰਗਠਨ ਆ, ਸਮਾਜ ਦੇ ਲੋਕ ਇਕੱਠੇ ਹੋਏ ਆ, ਉਹ ਵਿਰੋਧ ਕਰਦੇ ਆ ਕਾਂਗਰਸ ਦਾ, ਉਹ ਵਿਰੋਧ ਕਰਦੇ ਆ। ਬਾਰਡਰ ਪਾਰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਹਵਾਲਾ ਰੈਕਟ ਤੇ ਪੈਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਕੋਲੋਂ 4 ਕਿਲੋ 10 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਸੀ ਤੇ ਹੁਣ ਪੁਲਿਸ ਨੇ ਉਹਨਾਂ ਕੋਲੋਂ 84,17,000 ਰੁਪਏ ਹਵਾਲਾ ਪਲੱਸ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਖੇਤਾਰਾਮ ਵਾਸੀ ਫਤਿਹਪੁਰੀ ਨਵੀਂ ਦਿੱਲੀ, ਜੋ ਕਿ ਇਸ ਸਮੇਂ ਰਾਜਸਥਾਨ ਦੇ ਪਿੰਡ ਅੰਗੜੀਆਂ ਦੇ ਵਿੱਚ ਕਾਰੋਬਾਰ ਕਰ ਰਿਹਾ ਤੇ ਪਾਕਿਸਤਾਨ ਦੇ ਵਿੱਚ ਹਵਾਲਾ ਰਾਸ਼ੀ ਰਾਹੀਂ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਦਾ ਸੀ। ਉਹਨਾਂ ਦਾ ਕਹਿਣਾ ਕਿ ਫਿਲਹਾਲ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ, ਇੱਕ ਬਾਅਦ 'ਚ 11 ਦੀ ਹੋਈ ਸੀ। 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ। ਉਸ 4 ਕਿਲੋ ਹੀਰੋਇਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕਜ਼ 'ਤੇ ਜਾ ਕੇ ਜਿਹੜੇ ਉਹ ਡਰੱਗਸ ਦੇ ਮਨੀ ਆ, ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟ੍ਰਾਂਸਫਰ ਕਰਦੇ ਸੀ, ਉਸ ਨੂੰ ਅਸੀਂ ਟਰੇਸ ਕੀਤਾ। ਉਸ ਨੂੰ ਟਰੇਸ ਕਰਦੇ ਹੋਏ ਅਸੀਂ ਖੇਤਾਰਾਮ ਸੀ ਦਿੱਲੀ ਤੋਂ, ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ, ਅਤੇ ਇੱਕ ਰਾਜ ਕੁਮਾਰ ਸੀਗਾ ਸ਼ਾਹਬਾਦ ਤੋਂ, ਜਿਹੜੇ ਡਰੱਗਸ ਦੇ ਪੈਸੇ ਇੱਥੋਂ ਲੈ ਕੇ ਬਾਹਰ ਪਾਕਿਸਤਾਨ ਆ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ, ਜਿੱਥੋਂ ਡਰੱਗਸ ਆਉਂਦੀਆਂ ਸੀ, ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ। ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਅਤੇ ਇਸ ਹਵਾਲਾ ਡਰੱਗ ਮਨੀ ਦੇ ਤਹਿਤ ਇਸ ਰੈਕਟ ਨੂੰ ਅਸੀਂ ਉਹਦੇ ਦੌਰਾਨ 84,17,000 ਰੁਪਇਆ ਜਿਹੜਾ ਰਿਕਵਰ ਕੀਤਾ ਗਾ। 2 ਪਿਸਟਲਸ ਅਤੇ ਲਾਈਵ ਕਾਈਟਰੇਜ ਆਲਰੇਡੀ ਰਿਕਵਰ ਹੋਏ ਸੀ, ਇਹਦੇ 'ਚੋਂ ਇੱਕ ਕਾਊਂਟਿੰਗ ਮਸ਼ੀਨ ਆ ਅਤੇ 8 ਵਹੀਕਲਸ ਉਹ ਵੀ ਰਿਕਵਰ ਹੋਏ ਨੇ। ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਨੂੰ ਅਸੀਂ ਫੋਲੋ ਕਰਦੇ ਹੋਏ ਇਹ 2 ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੈਸਟ ਪਾਉਣ 'ਚ ਕਮਿਸ਼ਨਰੇਟ ਪੁਲਿਸ, ਜਿਨ੍ਹਾਂ ਨੇ ਸ਼੍ਰੀ ਦਰਪਨ ਆਹਲੂਵਾਲੀਆ ADCP City 1 ਅਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟਰੇਸ ਕਰਨ 'ਚ ਕਾਮਯਾਬ ਕੀਤਾ ਅਤੇ ਅਰੈਸਟ ਕੀਤਾ।
ਪਤੰਜਲੀ ਫੂਡਸ ਲਿਮਿਟਡ PFL ਜਾਂ ਕੰਪਨੀ ਵਜੋਂ ਜਾਣਿਆ ਜਾਂਦਾ ਨੇ। ਪਤੰਜਲੀ ਆਯੁਰਵੇਦ ਲਿਮਿਟਡ ਦੇ ਹੋਮ ਐਂਡ ਪਰਸਨਲ ਕੇਅਰ ਕਾਰੋਬਾਰ ਨੂੰ ਹਾਸਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਕੰਪਨੀ ਇੱਕ ਪ੍ਰਮੁੱਖ FMCG ਕੰਪਨੀ ਦੇ ਰੂਪ ਵਿੱਚ ਪਰਿਵਰਤਨ ਦੀ ਗਤੀ ਤੇਜ਼ ਕਰੇਗੀ। PALHPC ਕਾਰੋਬਾਰ ਵਰਤਮਾਨ ਵਿੱਚ ਭਾਰਤ ਦੇ FMCG ਸਪੇਸ ਵਿੱਚ ਇੱਕ ਮਜ਼ਬੂਤ ਬ੍ਰਾਂਡ ਇਕੁਇਟੀ ਅਤੇ ਦੇਸ਼ ਭਰ ਵਿੱਚ ਇੱਕ ਵਫ਼ਾਦਾਰ ਉਪਭੋਗਤਾ ਆਧਾਰ ਰੱਖਦਾ ਹੈ। HPC ਕਾਰੋਬਾਰ ਦੀ ਪ੍ਰਾਪਤੀ ਦੀ ਰਣਨੀਤਿਕ ਪਹਿਲਕਦਮੀ ਕੰਪਨੀ ਦੇ ਮੌਜੂਦਾ FMCG ਉਤਪਾਦ ਪੋਰਟਫੋਲੀਓ ਨੂੰ ਵਕਾਰੀ ਬ੍ਰਾਂਡਾਂ ਦੀ ਲੜੀ ਦੇ ਨਾਲ ਮਜ਼ਬੂਤ ਕਰੇਗੀ ਅਤੇ ਮਾਲੀਆ ਅਤੇ EBT ਦੇ ਵਾਧੇ ਵਿੱਚ ਵੀ ਯੋਗਦਾਨ ਦੇਵੇਗੀ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।